ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਮੇਰੀ ਕਿਚਨ ਯੂਟਿਊਬ ਚੈਨਲ 'ਚ। ਅਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਰੋਕਲੀ ਅਤੇ ਪਾਲਕ ਦਾ ਸਾਗ। ਬਰੋਕਲੀ ਅਤੇ ਪਾਲਕ ਦਾ ਸਾਗ ਕਿੱਦਾਂ ਬਣਦਾ ਹੈ ਆਓ ਤੁਹਾਨੂੰ ਦੱਸਦੇ ਹਾਂ। ਇਹਦੇ ਲਈ ਲਈ ਆ ਇੱਕ ਬਰੋਕਲੀ ਲਈ ਆ, 300 ਗ੍ਰਾਮ ਪਾਲਕ ਆ। ਬਰੋਕਲੀ ਨੂੰ ਅਤੇ ਪਾਲਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਇਹਨੂੰ ਛੋਟਾ ਛੋਟਾ ਕੱਟ ਲਿਆ ਵਾ। ਹੁਣ ਲਵਾਂਗੇ ਕੁੱਕਰ, ਅਤੇ ਕੁੱਕਰ 'ਚ ਪਾਵਾਂਗੇ 1 ਕੱਪ ਪਾਣੀ ਦਾ। ਪਾਣੀ ਗਰਮ ਹੋ ਗਿਆ ਅਤੇ ਇਹਦੇ ਵਿੱਚ ਪਾਲਕ ਅਤੇ ਹੁਣ ਬਰੋਕਲੀ ਨੂੰ ਪਾ ਦੇਵਾਂਗੇ। ਹੁਣ ਪਾਵਾਂਗੇ ਇਹਦੇ ਵਿੱਚ ਲੂਣ, ਅਤੇ ਲੂਣ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ। ਹੁਣ ਪਾਵਾਂਗੇ 1 ਕੱਟੀ ਹੋਈ ਹਰੀ ਮਿਰਚ। ਹੁਣ ਕੁੱਕਰ ਨੂੰ ਬੰਦ ਕਰ ਦਾਂਗੇ ਅਤੇ ਇਹਨੂੰ ਸਿਰਫ ਆਪਾਂ 2 ਜਾਂ 3 ਸੀਟੀਆਂ ਹੀ ਲਗਾਉਣੀਆਂ ਵਾ। ਲਾਗੇ ਕਰ ਲੈਂਦੇ ਹਾਂ ਆਪਾਂ ਤੜਕੇ ਦੀ ਤਿਆਰੀ। ਅਤੇ ਤੜਕਾ ਲਾਉਣ ਲਈ 5 ਗੰਢੇ ਲਏ ਆ ਮੈਂ ਛੋਟੇ ਛੋਟੇ, ਅਤੇ ਅਦਰਕ ਲਿਆ ਏ, ਲਸਣ ਵਾ, ਅਤੇ 2 ਹਰੀਆਂ ਮਿਰਚਾਂ। ਲਸਣ ਅਦਰਕ ਨੂੰ ਆਪਾਂ ਕੱਦੂਕਸ਼ ਕਰ ਲੈਣਾ ਵਾ, ਅਤੇ ਹਰੀਆਂ ਮਿਰਚਾਂ ਨੂੰ ਛੋਟੇ ਛੋਟੇ ਕੱਟ ਲੈਣਾ ਵਾ, ਅਤੇ ਗੰਢਿਆਂ ਨੂੰ ਵੀ ਛੋਟੇ ਛੋਟੇ ਕੱਟ ਲਵਾਂਗੇ। 3 ਸੀਟੀਆਂ ਵੱਜ ਗਈਆਂ ਅਤੇ ਹੁਣ ਦੇ ਲੈਂਦੇ ਹਾਂ ਸਾਗ। ਸਾਗ ਅੱਡਾ ਹੋ ਗਿਆ ਵਾ ਅਤੇ ਇਹਨੂੰ ਆਪਾਂ ਠੰਡਾ ਹੋਣ ਦੇਵਾਂਗੇ। ਸਾਗ ਠੰਡਾ ਹੋ ਗਿਆ ਅਤੇ ਇਹਨੂੰ ਮਸ਼ੀਨ ਨਾਲ ਘੋਟ ਲਵਾਂਗੇ। ਸਾਗ ਨੂੰ ਘੋਟ ਲਿਆ ਅਤੇ ਹੁਣ ਪਾਵਾਂਗੇ ਇਹਦੇ ਵਿੱਚ ਕਣਕ ਦਾ ਆਟਾ। ਕਣਕ ਦੀ ਆਟੇ ਦੀ ਜਗ੍ਹਾ 'ਤੇ ਤੁਸੀਂ ਇਹਦੇ ਵਿੱਚ ਚੌਲਾਂ ਦਾ ਆਟਾ ਜਾਂ ਮੱਕੀ ਦਾ ਆਟਾ ਵੀ ਪਾ ਸਕਦੇ ਹੋ। ਆਟੇ ਨੂੰ ਸਾਗ 'ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ। ਹੁਣ ਪਾਵਾਂਗੇ ਫਰਾਈ ਪੈਨ 'ਚ 1 ਕੜਛੀ ਤੇਲ, ਅਤੇ 1 ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਣਾ ਵਾ। ਤੇਲ ਗਰਮ ਹੋ ਗਿਆ ਅਤੇ ਹੁਣ ਪਾਵਾਂਗੇ ਇਹਦੇ ਵਿੱਚ 1/2 ਚਮਚਾ ਜੀਰੇ ਦਾ, ਥੋੜ੍ਹੀ ਜਿਹੀ ਹਿੰਗ ਪਾਵਾਂਗੇ। ਇਹਨੂੰ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ। ਜੀਰਾ ਭੁੱਜ ਗਿਆ ਵਾ ਅਤੇ ਹੁਣ ਪਾਵਾਂਗੇ ਇਹਦੇ ਵਿੱਚ ਲਸਣ, ਕੱਦੂਕਸ਼ ਕੀਤਾ ਹੋਇਆ। ਲਸਣ ਹਲਕਾ ਬਰਾਊਨ ਹੋ ਗਿਆ। ਅਦਰਕ ਪਾਵਾਂਗੇ ਹੁਣ। ਹੁਣ ਪਾਵਾਂਗੇ ਗੰਢੇ। ਤੜਕਾ ਸਾਡਾ ਲਗਭਗ ਹੋ ਹੀ ਚੱਲਿਆ ਵਾ ਅਤੇ ਹੁਣ ਪਾਵਾਂਗੇ ਇਹਦੇ ਵਿੱਚ ਜੀਰਾ ਪਾਊਡਰ, ਧਨੀਆ ਪਾਊਡਰ, ਜੀਰਾ ਪਾਊਡਰ ਅਤੇ MDH ਮਸਾਲਾ। ਤੁਸੀਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਅਤੇ ਮੈਂ ਨਹੀਂ ਪਾਉਣੀਆਂ ਵਾ, ਮੈਂ ਪਹਿਲੇ ਹਰੀਆਂ ਮਿਰਚਾਂ ਪਾ ਲਈਆਂ ਵਾ। ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ, ਤੁਹਾਨੂੰ ਤਿੱਖਾ ਪਸੰਦ ਹੈ ਜਾਂ ਕਿੱਦਾਂ ਵਾ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੜਕਾ ਸਾਡਾ ਭੁੱਜ ਕੇ ਤਿਆਰ ਆ। ਹੁਣ ਇਹਦੇ ਵਿੱਚ ਪਾ ਲਾਂਗੇ ਸਾਗ। ਸਾਗ ਨੂੰ ਤੜਕੇ ਨਾਲ ਚੰਗੀ ਤਰ੍ਹਾਂ ਮਿਲਾ ਲੈਣਾ ਵਾ। ਸਾਗ ਸਾਡਾ ਬਣ ਕੇ ਤਿਆਰ ਹੈ। ਤੇ ਪਾਵਾਂਗੇ ਥੋੜ੍ਹਾ ਜਿਹਾ ਗਰਮ ਮਸਾਲਾ। ਇੱਕ ਕੱਟੀ ਹਰੀ ਮਿਰਚ ਪਾਵਾਂਗੇ ਉੱਤੇ। ਪਾਲਕ ਅਤੇ ਬਰੋਕਲੀ ਦਾ ਸਾਗ ਬਣ ਕੇ ਤਿਆਰ ਆ। ਅਤੇ ਅਸੀਂ ਕਿਤੇ ਬਾਹਰਲੀ ਕੰਟਰੀ 'ਚ ਜਾਂਦੇ ਹਾਂ ਅਤੇ ਉੱਥੇ ਸਾਨੂੰ ਮਤਲਬ ਗੰਦਲਾਂ ਦਾ ਸਾਗ ਨਹੀਂ ਮਿਲਦਾ, ਅਤੇ ਅਸੀਂ ਉੱਥੇ ਬਰੋਕਲੀ ਦਾ ਸਾਗ ਬਣਾ ਸਕਦੇ ਹਾਂ। ਸੇਮ ਹੀ ਇੰਡੀਆ ਦੇ ਸਾਗ ਵਰਗਾ ਟੇਸਟ ਆਉਂਦਾ ਇਹਦਾ। ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੀ ਵੀਡੀਓ 'ਚ।